ਸਤਿ ਸ੍ਰੀ ਅਕਾਲ, ਆਦਾਬ, ਪ੍ਰਣਾਮ ਜੀ। ਮੈਂ ਤੁਹਾਡਾ ਸਾਰਿਆਂ ਦਾ ਅਲਾਪ ਸਿਕੰਦਰ ਤੇ ਮੈਂ ਸਾਰੰਗ ਸਿਕੰਦਰ। ਜਿਵੇਂ ਕਿ ਤੁਸੀਂ ਜਾਣਦੇ ਹੋ, ਹੀਰਾ ਇੰਟਰਨੈਸ਼ਨਲ ਗਰੁੱਪ ਪੂਰੇ ਵਿਸ਼ਵ ਦੇ ਵਿੱਚ ਪ੍ਰਸਿੱਧ ਔਰ ਪੂਰੇ ਵਰਲਡ ਫੇਮਸ ਗਰੁੱਪ ਨੂੰ ਤੁਸੀਂ ਜਾਣਦੇ ਹੋ ਕਿ ਦੁਨੀਆਂ ਦੇ ਵਿੱਚ ਕਿੰਨੀਆਂ ਇਹਨਾਂ ਨੇ ਮਿਊਜ਼ਿਕ ਪੱਖੋਂ ਵੀ ਔਰ ਇੰਟਰਟੇਨਮੈਂਟ ਪੱਖੋਂ ਵੀ ਜੋ ਮੱਲਾਂ ਮਾਰੀਆਂ ਨੇ। ਸਾਰੀ ਦੁਨੀਆਂ ਇਸ ਗੱਲ ਤੋਂ ਜਾਣੂ ਹੈ ਕਿ ਹਰ ਇੱਕ ਸਾਲ ਪਿੰਡ ਅਮਰਗੜ੍ਹ ਦੇ ਵਿੱਚ, ਹੁਣ ਪਿੰਡ ਨਹੀਂ ਰਿਹਾ, ਹੁਣ ਤਾਂ ਬਹੁਤ ਵੱਡਾ ਸ਼ਹਿਰ ਬਣ ਗਿਆ ਸਾਡਾ, ਔਰ ਅਮਰਗੜ੍ਹ ਦੇ ਵਿੱਚ ਤਹਿਸੀਲ ਦੇ ਵਿੱਚ ਬਹੁਤ ਵੱਡਾ ਇੱਕ ਦੁਸ਼ਹਿਰਾ ਕਰਾਇਆ ਜਾਂਦਾ। ਔਰ ਦੁਸ਼ਹਿਰੇ ਦਾ ਫੰਕਸ਼ਨ ਮੈਂ ਜਾਣਦਾ ਕਿ ਉਹ ਇੰਡੀਆ ਦੇ ਸਭ ਤੋਂ ਵੱਡੇ ਫੰਕਸ਼ਨ ਦੇ ਵਿੱਚੋਂ ਇੱਕ ਹੈ, ਜਿੱਥੇ ਪੰਜਾਬ ਦੇ ਬਹੁਤ ਹੀ ਪ੍ਰਸਿੱਧ ਔਰ ਵੱਡੇ ਔਰ ਅਮੇਜ਼ਿੰਗ ਕਲਾਕਾਰ ਉੱਥੇ ਆ ਕੇ ਆਪਣੀ ਹਾਜ਼ਰੀ ਭਰਦੇ ਹਨ। ਇਸੇ ਤਰ੍ਹਾਂ ਅਸੀਂ ਵੀ ਉੱਥੇ ਆ ਕੇ ਕਲਾਕਾਰ ਬਣ ਕੇ ਨਹੀਂ, ਭਰਾ ਬਣ ਕੇ ਹਾਜ਼ਰੀ ਕਰਾਂਗੇ ਉੱਥੇ, ਕਿਉਂਕਿ ਹੀਰਾ ਭਾਜੀ ਔਰ ਜੱਗੀ ਭਾਜੀ ਸਾਡੇ ਵੱਡੇ ਭਰਾ ਨੇ। ਉਹਨਾਂ ਦਾ ਸਾਨੂੰ ਬਹੁਤ ਹੌਸਲਾ, ਬਹੁਤ ਮਾਣ, ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਨਾਲ ਬੜੇ ਅੱਛੇ ਪੁਰਾਣੇ ਰਿਲੇਸ਼ਨ ਨੇ, ਬੜੇ ਪਿਆਰ ਵਾਲੇ ਰਿਲੇਸ਼ਨ ਨੇ। ਸੋ ਤਰੀਕ ਦੱਸ ਦਿਓ ਜੀ, ਸਾਰੇ ਜਣੇ ਪਹੁੰਚ। ਤਰੀਕ ਹੈ ਜੀ 12 ਅਕਤੂਬਰ ਜੀ, ਦੁਸ਼ਹਿਰੇ ਵਾਲੇ ਦਿਨ। ਦੁਸ਼ਹਿਰੇ ਵਾਲੇ ਦਿਨ 5 ਵਜੇ ਤੋਂ ਸ਼ੁਰੂ ਹੋ ਜਾਣਾ ਮੇਲਾ, ਸਾਰੇ ਜਣੇ ਪਹੁੰਚੋ। ਸਾਰੇ ਅਮਰਗੜ੍ਹ ਤੁਸੀਂ ਸਟੇਡੀਅਮ ਦੇ ਵਿੱਚ ਆਉਣਾ ਜੀ, ਉੱਥੇ ਸਾਰੇ ਨੇ ਹਾਜ਼ਰੀ ਲਾਉਣੀ ਹੈ। ਜਿਵੇਂ ਤੁਸੀਂ ਸਾਰੇ ਜਾਣਦੇ ਹੋ, ਅਸੀਂ ਉੱਥੇ ਆ ਕੇ ਹਾਜ਼ਰੀ ਲਾਵਾਂਗੇ, ਸਰਦੂਲ ਸਾਹਿਬ ਦੇ ਮੂਲ ਜੀ ਦੇ ਗਾਣੇ ਗਾਵਾਂਗੇ ਔਰ ਤੁਹਾਡੇ ਸਾਰਿਆਂ ਦਾ ਮਨ ਪਹੁੰਚਾਵਾਂਗੇ। ਥੈਂਕ ਯੂ ਜੀ।